ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਲਾਜ਼ਮੀ ਲਈ ਵਿਆਕਰਨ ਦੇ ਵਿੱਚ ਉਚਾਰਨ ਅੰਗ ਵਾਲਾ ਕੁਸ਼ਚਨ ਲੈ ਕੇ ਆਏ ਹਾਂ। ਸਟੂਡੈਂਟਸ ਤੁਸੀਂ ਤਿੰਨ ਕੁਸ਼ਚਨ ਕਰ ਲਓ, ਇੱਕ ਤਾਂ ਉਚਾਰਨ ਅੰਗ ਵਾਲਾ ਅਤੇ ਇੱਕ ਖੰਡੀ ਅਤੇ ਅਖੰਡੀ ਧੁਨੀਆਂ, ਅਤੇ ਇੱਕ ਹੈਗਾ ਵਿਅੰਜਨਾਂ ਦਾ ਉਚਾਰਨ ਦੇ ਆਧਾਰ 'ਤੇ ਵਿਅੰਜਨਾਂ ਦਾ ਵਰਗੀਕਰਨ, ਉਚਾਰਨ ਦੇ ਆਧਾਰ 'ਤੇ ਵਿਅੰਜਨਾਂ ਦਾ ਵਰਗੀਕਰਨ, ਖੰਡੀ ਅਤੇ ਅਖੰਡੀ ਧੁਨੀਆਂ ਅਤੇ ਉਚਾਰਨ ਅੰਗ। ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਇੱਕ ਕੁਸ਼ਚਨ ਪੱਕਾ ਆ ਜਾਣਾ। ਹਾਂਜੀ, ਪਹਿਲਾਂ ਦਾ ਉਚਾਰਨ ਅੰਗ, ਮਨੁੱਖੀ ਸਰੀਰ ਦੇ ਜਿਹੜੇ ਅੰਗ ਭਾਸ਼ਾ ਨੂੰ ਉਚਾਰਨ ਦੇ ਵਿੱਚ ਮਦਦ ਕਰਨਗੇ ਉਹ ਕੀ ਹੋਣਗੇ? ਉਚਾਰਨ ਅੰਗ, ਜਿਹਨਾਂ ਨੂੰ ਆਪਾਂ ਧੁਨੀ ਯੰਤਰ ਵੀ ਕਿਹਾ ਜਾ ਸਕਦਾ। ਪਹਿਲਾਂ ਤੁਸੀਂ ਹੈਡਿੰਗ ਬਣਾਓਗੇ ਧੁਨੀ ਉਚਾਰਨ ਅੰਗ ਜਾਂ ਜਿਹੜੇ ਕਿ ਧੁਨੀ ਯੰਤਰ। ਮਨੁੱਖੀ ਸਰੀਰ ਦੇ ਜਿਹੜੇ ਅੰਗ ਭਾਸ਼ਾ ਨੂੰ ਉਚਾਰਨ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਧੁਨੀ ਉਚਾਰਨ ਅੰਗ ਜਾਂ ਧੁਨੀ ਯੰਤਰ। ਅਤੇ ਇਹਨਾਂ ਦੇ ਵਿੱਚੋਂ ਪਹਿਲਾਂ ਆਜੂਗਾ ਕੰਠ ਪਟਾਰੀ। ਤੁਸੀਂ ਪਹਿਲਾਂ ਇਹਨਾਂ ਦੇ ਇਕੱਠੇ ਹੈਡਿੰਗ ਵੀ ਦੇ ਸਕਦੇ ਹੋ, ਇਕੱਠੇ ਹੈਡਿੰਗ ਲਿਖ ਲਓ ਪਹਿਲਾਂ, ਜਿਵੇਂ ਕੰਠ ਪਟਾਰੀ ਹੋ ਗਿਆ, ਜਿਹੜੇ ਕਿ ਕੰਠ ਮਾਰਗ ਪੋਲ, ਮੂੰਹ ਪੋਲ, ਕਾਂ, ਦੰਦ, ਜੀਭ, ਹੋਠ, ਠੀਕ ਹੈ, ਬੁੱਲ, ਐਵੇਂ ਬਣਾ ਕੇ ਫਿਰ ਅੱਗੇ ਤੁਸੀਂ ਇਹਨਾਂ ਬਾਰੇ ਇਕੱਲੇ ਇਕੱਲੇ ਬਾਰੇ ਫਿਰ ਵੇਰਵਾ ਦੇਣਾ। ਇਸ ਹਿਸਾਬ ਨਾਲ ਥੋੜ੍ਹੀ ਜਿਹੀ ਲੈਂਥ ਇਨਕਰੀਜ਼ ਹੋ ਜਾਂਦੀ ਹੈ। ਹਾਂਜੀ, ਕੰਠ, ਕੰਠ ਕੀ ਹੈ ਵੀ ਸਾਹ ਨਾਲੀ ਦੇ ਜਿਹੜੇ ਉੱਪਰ ਆਪਣੀ ਜਿਹੜੀ ਸਾਹ ਨਾਲੀ ਆ, ਠੀਕ ਹੈ, ਸਾਹ ਨਾਲੀ ਆ, ਇਹਦੇ ਉੱਪਰ ਪਤਲੀਆਂ ਹੱਡੀਆਂ ਦੀ ਇੱਕ ਪਟਾਰੀ ਹੈ, ਪਤਲੀਆਂ ਪਤਲੀਆਂ ਹੱਡੀਆਂ ਦੀ ਇੱਕ ਪਟਾਰੀ ਆ, ਜਿਹਦੀ ਅਗਲੀ ਨੋਕ ਨੂੰ ਅਸੀਂ ਕੀ ਕਹਿੰਦੇ ਹਾਂ? ਕੰਡੀ। ਅਗਲੀ ਨੋਕ ਨੂੰ ਅਸੀਂ ਕੀ ਕਹਿੰਦੇ ਹਾਂ? ਕੰਡੀ ਕਹਿੰਦੇ ਹਾਂ, ਠੀਕ ਹੈ, ਕੰਡੀ ਕਿਹਾ ਜਾਂਦਾ। ਅਤੇ ਇਹਦੇ ਉੱਪਰਲੇ ਹਿੱਸੇ ਨੂੰ ਨਾਦ ਯੰਤਰ ਕਹਿੰਦੇ ਨੇ, ਠੀਕ ਹੈ, ਗਲੋਟਿਸ, ਉੱਪਰਲੇ ਯੰਤਰ ਨੂੰ ਆਪਾਂ ਨਾਦ ਯੰਤਰ ਕਹਿੰਦੇ, ਉੱਪਰਲੇ ਹਿੱਸੇ ਨੂੰ। ਅਤੇ ਨਾਦ ਯੰਤਰ ਦੇ ਅੰਦਰਲੇ ਪਾਸੇ ਬੁੱਲਾਂ ਦੀ ਸ਼ਕਲ ਦੇ, ਬੁੱਲਾਂ ਦੀ ਸ਼ਕਲ ਦੇ ਮਾਸ ਪੱਠੇ ਹੁੰਦੇ ਨੇ, ਜਿਨ੍ਹਾਂ ਨੂੰ ਨਾਦ ਤੰਤੀਆਂ ਕਿਹਾ ਜਾਂਦਾ, ਠੀਕ ਹੈ, ਵੋਕਲ ਕਾਰਡਸ ਕਿਹਾ ਜਾਂਦਾ। ਕੰਠ ਪਟਾਰੀ ਦੇ ਵਿੱਚ ਕੀ ਹੈ ਵੀ ਸਾਹ ਨਾਲੀ ਦੇ ਉੱਪਰਲੀ ਹੱਡੀਆਂ ਦੀ ਇੱਕ ਪਟਾਰੀ ਜੀ ਆ, ਜਿਹਦੇ ਵਿੱਚ ਅਗਲੀ ਨੋਕ ਨੂੰ ਆਪਾਂ ਅਸੀਂ ਕੰਡੀ ਕਹਿੰਦੇ ਹਾਂ ਅਤੇ ਉੱਪਰਲੇ ਹਿੱਸੇ ਨੂੰ ਨਾਦ ਯੰਤਰ ਕਿਹਾ ਜਾਂਦਾ। ਅਤੇ ਅੰਦਰਲੇ ਪਾਸੇ ਬੁੱਲਣ ਦੀ ਸ਼ਕਲ ਦੇ ਮਾਸ ਪੱਠੇ ਹੁੰਦੇ ਨੇ, ਜਿਹਨਾਂ ਨੂੰ ਨਾਦ ਤੰਤੀਆਂ ਕਿਹਾ ਜਾਂਦਾ, ਠੀਕ ਹੈ। ਇੰਨਾ ਕਰਨ ਤੋਂ ਬਾਅਦ ਫਿਰ ਤੁਸੀਂ ਆਹ ਅਗਲੀ ਲਾਈਨ ਛੱਡ ਦੇਣੀ ਹੈ, ਠੀਕ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿਹੜੀ ਕਿਹੜੀ ਛੱਡਣੀਆਂ ਨੇ। ਤੁਸੀਂ ਇਹ ਲਿਖਣਾ ਜਦੋਂ, ਇਹ ਭਾਵ ਕਿ ਨਾਦ ਤੰਤੀਆਂ, ਜਦੋਂ ਨਾਦ ਤੰਤੀਆਂ ਪੂਰੀਆਂ ਖੁੱਲ੍ਹਦੀਆਂ ਨੇ, ਜਦੋਂ ਨਾਦ ਤੰਤੀਆਂ ਪੂਰੀਆਂ ਓਪਨ ਹੁੰਦੀਆਂ ਨੇ ਤਾਂ ਸਾਹ ਦੀ ਹਵਾ ਬਿਨਾਂ ਕਿਸੇ ਉਤਰਾਅ ਚੜ੍ਹਾਅ ਦੇ ਥਰਥਰਾਹਟ ਦੇ ਬਾਹਰ ਨਿਕਲ ਜਾਂਦੀ ਹੈ, ਬਿਨਾਂ ਕਿਸੇ ਉਤਰਾਅ ਚੜ੍ਹਾਅ ਦੇ ਥਰਥਰਾਹਟ ਦੇ ਸਿੱਧੀ ਬਾਹਰ ਨਿਕਲ ਜਾਂਦੀ ਹੈ। ਤਾਂ ਇਸ ਸਮੇਂ ਜਿਹੜੀ ਧੁਨੀ ਪੈਦਾ ਹੁੰਦੀ ਉਹਨੂੰ ਆਪਾਂ ਨਾਦ ਰਹਿਤ ਜਾਂ ਅਘੋਸ਼ੀ, ਠੀਕ ਹੈ, ਅਘੋਸ਼ੀ ਧੁਨੀ, ਅਘੋਸ਼ ਧੁਨੀਆਂ ਕਹਿੰਦੇ ਹਾਂ ਜਦੋਂ ਆਪਣਾ ਬਿਨਾਂ ਆਵਾਜ਼ ਦੇ ਜਿਹੜੀ ਕਿ ਆਵਾਜ਼ ਬਾਹਰ ਨਿਕਲਦੀ ਆ। ਅਤੇ ਜਦੋਂ ਨੇੜੇ ਹੋ ਕੇ ਇਹ ਨਾਦ ਤੰਤੀਆਂ ਥਰਥਰਾਹਟ ਪੈਦਾ ਕਰਦੀਆਂ ਨੇ, ਕੰਬਣ ਜੇ ਪੈਦਾ ਕਰਦੀਆਂ ਨੇ, ਤਾਂ ਉਹਨੂੰ ਆਪਾਂ ਜਿਹੜੀ ਕਿ ਘੋਸ਼ ਧੁਨੀਆਂ ਕਿਹਾ ਜਾਂਦਾ, ਜਿਹਨਾਂ ਨੂੰ ਨਾਦੀ ਧੁਨੀਆਂ ਕਹਿੰਦੇ ਹਾਂ। ਹਾਂਜੀ, ਜਿਨ੍ਹਾਂ ਦੇ ਵਿੱਚ ਕੰਬਣੀ ਪੈਦਾ ਹੁੰਦੀ ਹੈ ਉਹ ਹੋ ਗਈਆਂ ਘੋਸ਼ ਧੁਨੀਆਂ। ਘੋਸ਼ ਧੁਨੀਆਂ ਹੈ ਕਿਹੜੀਆਂ ਕਿਹੜੀਆਂ ਨੇ? ਊੜੇ ਆੜੇ ਦੀ ਹਰ ਇੱਕ ਲਾਈਨ ਦਾ ਜਿਹੜੇ ਕਿ ਆਪਣਾ ਹੈਗਾ ਤੀਜਾ ਅੱਖਰ, ਜਿਵੇਂ ਕੱਕਾ, ਖੱਖਾ, ਗੱਗਾ, ਗੱਗਾ, ਉਧਰੋਂ ਚੱਚਾ, ਛੱਛਾ, ਜੱਜਾ, ਠੀਕ ਹੈ, ਟੈਂਕ, ਠੱਠਾ, ਡੱਡਾ, ਮਤਲਬ ਕਿ ਹਰ ਲਾਈਨ ਦਾ ਤੀਜਾ ਅੱਖਰ ਕੀ ਆ? ਘੋਸ਼ ਆ। ਅਘੋਸ਼ ਕਿਹੜੀਆਂ ਨੇ? ਜਦੋਂ ਆਵਾਜ਼ ਕੰਬਣੀ ਪੈਦਾ ਨਹੀਂ ਹੁੰਦੀ ਉਹ ਹੋ ਗਿਆ ਅਘੋਸ਼ ਜਾਂ ਨਾਦ ਰਹਿਤ। ਇਹਦੇ ਵਿੱਚ ਹੋਣਗੀਆਂ ਪਹਿਲੇ ਦੋ ਅੱਖਰ, ਜਿਵੇਂ ਕੱਕਾ, ਖੱਖਾ, ਠੀਕ ਹੈ, ਤੱਤਾ, ਥੱਥਾ, ਟੈਂਕਾ, ਠੱਠਾ, ਚੱਚਾ, ਛੱਛਾ, ਐਵੇਂ। ਅਤੇ ਇੱਕ ਹੁੰਦੇ ਨੇ ਡਕਮੇ ਅਤੇ ਅਡਕਮੇ ਵਿਅੰਜਨ, ਠੀਕ ਹੈ, ਡਕਮੇ ਵਿਅੰਜਨ, ਡਕਮੇ ਡਕਮੇ ਵਿਅੰਜਨ ਹੁੰਦੇ ਨੇ ਜਿਹੜੇ ਕਿ ਪੰਦਰਾਂ ਕਿਹੜੇ ਨੇ? ਹਰ ਇੱਕ ਲਾਈਨ ਦੇ ਪਹਿਲੇ ਤਿੰਨ ਅੱਖਰ, ਹਰ ਇੱਕ ਲਾਈਨ ਦੇ ਪਹਿਲੇ ਤਿੰਨ ਅੱਖਰ ਨੇ, ਜਿਵੇਂ ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਐਵੇਂ, ਟੈਂਕਾ, ਠੱਠਾ, ਡੱਡਾ, ਤੱਤਾ, ਥੱਥਾ, ਦੱਦਾ, ਪੱਪਾ, ਫੱਫਾ, ਬੱਬਾ, ਪਹਿਲੇ ਤਿੰਨ ਅੱਖਰ, ਪੰਦਰਾਂ ਨੇ ਡਕਮੇ ਵਿਅੰਜਨ।
ਢਕਵੇਂ ਵਿਅੰਜਨ ਉਹ ਹੁੰਦੇ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਬਾਹਰ ਨਿਕਲੀ ਹਵਾ ਨੂੰ ਮੂੰਹ ਦੇ ਵਿੱਚ ਕਿਸੇ ਨਾ ਕਿਸੇ ਥਾਂ 'ਤੇ ਰੋਕ ਕੇ ਫਿਰ ਇੱਕਦਮ ਛੱਡਿਆ ਜਾਂਦਾ। ਠੀਕ ਹੈ, ਹਾਂਜੀ, ਇਹ ਕਰਨ ਤੋਂ ਬਾਅਦ ਫਿਰ ਆਪਾਂ ਨੈਕਸਟ ਬਾਕੀ ਤੁਸੀਂ ਛੱਡਣਾ, ਫਿਰ ਕਰਨਾ ਜਿਹੜੇ ਕਿ ਬੋਲ ਯੰਤਰ ਨੂੰ, ਬੋਲ ਯੰਤਰ ਨੂੰ ਕੁਝ ਹਿੱਸਿਆਂ ਵਿੱਚ ਵੰਡ ਸਕਦੇ, ਜਿਹਦੇ ਅੱਗੇ ਕਈ ਭਾਗ ਹੁੰਦੇ ਨੇ, ਜਿਵੇਂ ਮੂੰਹ ਪੋਲ, ਨਾਸਕੀ ਪੋਲ, ਜੀਭ, ਦੰਦ, ਹੇਠ, ਹੋਠ, ਹੋਠ, ਤਾਲੂ, ਕਾਂ, ਨਾਸਾਂ, ਸਾਹ ਨਾਲੀ। ਠੀਕ ਹੈ, ਇਹਨਾਂ ਦੇ ਵਿੱਚੋਂ ਪਹਿਲਾਂ ਆਜੂਗਾ ਕੰਠ ਮਾਰਗ। ਕੰਠ ਮਾਰਗ ਕੀ ਹੈ? ਫੇਫੜਿਆਂ ਦੇ ਵਿੱਚੋਂ ਜਿਹੜੀ ਨਿਕਲ ਰਹੀ ਹਵਾ ਨਾਦ ਰਹਿਤ, ਨਾਦ ਯੰਤਰ, ਠੀਕ ਹੈ, ਉਹਦੇ ਵਿੱਚੋਂ ਲੰਘ ਕੇ ਕੰਠ ਪਟਾਰ ਦੇ ਪੋਲ ਦੇ ਵਿੱਚੋਂ ਨਿਕਲਦੀ ਹੈ। ਮਤਲਬ ਕਿ ਇਹ ਫੇਫੜਿਆਂ ਵਿੱਚੋਂ ਨਿਕਲ ਰਹੀ ਹਵਾ ਜਿਹੜੀ ਨਾਦ ਤੰਤੀਆਂ ਦੇ ਵਿੱਚੋਂ ਲੰਘ ਕੇ ਫਿਰ ਕੰਠ ਪਟਾਰ ਦੇ ਪੋਲ ਦੇ ਵਿੱਚੋਂ ਆਉਂਦੀ ਹੈ, ਜਿੱਥੋਂ ਮੂੰਹ ਅਤੇ ਨਾਸਾਂ ਦੇ ਵੱਲ ਰਸਤੇ ਨੇ, ਉਹਨਾਂ ਨੂੰ ਆਪਾਂ ਕੰਠ ਮਾਰਗ ਪੋਲ ਕਹਾਂਗੇ। ਸਧਾਰਨ ਹਾਲਤਾਂ ਵਿੱਚ ਦੋਵੇਂ ਖੁੱਲ੍ਹੇ ਹੁੰਦੇ ਨੇ, ਜੇ ਮੂੰਹ ਬੰਦ ਹੋਵੇ ਤਾਂ ਨਾਸਾ ਰਾਹੀਂ ਆਪਾਂ ਨੂੰ ਸਾਹ ਜਾਂਦੇ, ਜੇ ਨਾ ਨਾਸਾ ਰਾਹੀਂ ਤਾਂ ਆਪਣਾ ਮੂੰਹ ਰਾਹੀਂ ਆ ਜਾਣਾ। ਠੀਕ ਹੈ, ਇਹ ਹੋ ਗਿਆ ਕੰਠ ਮਾਰਗ। ਮੂੰਹ ਪੋਲ ਕਿਹੜਾ ਹੋ ਗਿਆ? ਮੂੰਹ ਪੋਲ ਦੇ ਚਾਰ ਹਿੱਸੇ ਹੋ ਗਏ, ਮੂਹਰਲੇ ਦੰਦ, ਪਿਛਲੇ ਹਿੱਸੇ ਨੂੰ ਦੰਦ ਪਠਾਰ ਕਹਿੰਦੇ, ਮੂਹਰਲੇ ਦੰਦ ਹੋ ਗਏ, ਪਿਛਲੇ ਦੰਦ ਪਠਾਰ ਕਿਹਾ ਜਾਂਦਾ। ਅਤੇ ਇਸਦਾ ਪਿਛਲਾ ਹਿੱਸਾ ਤਾਲੂ ਆ, ਅਤੇ ਇਹਦੇ ਅੱਗੇ ਦੋ ਹਿੱਸੇ ਨੇ, ਕਠੋਰ ਤਾਲੂ, ਕੋਮਲ ਤਾਲੂ। ਕੋਮਲ ਤਾਲੂ ਹਿਲਜੁਲ ਕਰ ਸਕਦਾ, ਜਿਹਨੂੰ ਲੋੜ ਅਨੁਸਾਰ ਆਪਾਂ ਨੱਕ ਦੇ ਰਸਤੇ ਬੰਦ ਕਰਨ ਲਈ ਵੀ ਵਰਤ ਸਕਦੇ ਹਾਂ, ਠੀਕ ਹੈ, ਸਾਈਡ 'ਤੇ ਕਰਨ ਲਈ ਵੀ, ਕੋਮਲ ਤਾਲੂ ਨੂੰ, ਮਤਲਬ ਉਹ 'ਚ ਹਿਲਜੁਲ ਹੋ ਸਕਦੇ ਆ। ਜਦੋਂ ਕੋਮਲ ਤਾਲੂ ਮੂੰਹ ਰਾਹ ਨੂੰ ਰੋਕ ਲੈਂਦਾ ਤਾਂ ਨੱਕ ਰਾਹੀਂ ਆਵਾਜ਼ ਨਿਕਲਦੀ ਆ। ਤਾਂ ਪੰਜਾਬੀ ਦੇ ਕਿਹੜੇ ਧੁਨੀਆਂ ਪੈਦਾ ਹੁੰਦੇ ਨੇ ਫਿਰ? ਨਾਸਕੀ ਧੁਨੀਆਂ। ਨਾਸਕੀ ਧੁਨੀਆਂ ਜਦੋਂ ਪੈਦਾ ਹੁੰਦੇ ਨੇ, ਜਦੋਂ ਕੋਮਲ ਤਾਲੂ ਆ ਜਿਹੜਾ ਮੂੰਹ ਦੇ ਰਸਤੇ ਨੂੰ ਰੋਕ ਲੈਂਦਾ ਅਤੇ ਨੱਕ ਰਾਹੀਂ ਜਿਹੜੀ ਆਪਾਂ ਨੂੰ ਆਵਾਜ਼ ਨਿਕਲਦੀ ਆ। ਅਗਲਾ ਹੈਡਿੰਗ ਫਿਰ ਤੁਸੀਂ ਕਾਂ, ਕਾਂ ਕੋਮਲ ਤਾਲੂ ਦੇ ਨਾਲ ਲਟਕਦਾ, ਕਾਂ ਹੈ ਜਿਹੜੇ ਕਿ ਕੋਮਲ ਤਾਲੂ ਦੇ ਨਾਲ ਲਟਕਦਾ, ਨਿੱਕਾ ਜਿਹਾ ਮਾਸ ਦਾ ਲੋਥੜਾ ਹੁੰਦਾ। ਠੀਕ ਹੈ, ਕਾਂ ਇਹਦੇ ਨਾਲ ਆਪਣੇ ਕੰਠੀ ਧੁਨੀਆਂ ਪੈਦਾ ਹੁੰਦੀਆਂ ਨੇ, ਕੱਕੇ ਵਾਲੀ ਲਾਈਨ। ਦੰਦ, ਜੀਭ ਦੇ ਉੱਪਰਲੇ ਦੰਦਾਂ ਨਾਲ ਛੋਹਦੇ ਸਾਹ ਨੂੰ ਰੋਕ ਕੇ ਛੱਡਣ ਦੇ ਨਾਲ ਤਾਲਵੀ ਧੁਨੀਆਂ ਪੈਦਾ ਹੁੰਦੀਆਂ ਨੇ, ਤਾਲਵੀ। ਠੀਕ ਹੈ, ਤਾਲਵੀ। ਹੋਠ ਬੁੱਲ ਦੇ ਉੱਪਰਲੇ ਦੰਦਾਂ ਨਾਲ ਛੋਹਣ ਨਾਲ ਦੱਦਾ ਧੁਨੀ ਨਿਕਲਦੀ ਹੈ, ਉੱਪਰਲੇ ਨਾਲ ਦੱਦਾ। ਅਤੇ ਤਾਲਵੀ ਦੇ ਵਿੱਚ ਜਿਹੜੀ ਕਿ ਚੱਚੇ ਵਾਲੀ ਲਾਈਨ ਹੁੰਦੀ ਹੈ, ਚੱਚਾ ਛੱਛਾ ਜੱਜਾ, ਤਾਲਵੀ ਲਾਈਨ ਹੁੰਦੀ ਹੈ ਇਹ, ਤਾਲਵੀ। ਠੀਕ ਹੈ, ਉਹ ਹੋ ਗਈ ਤਾਲਵੀ। ਅਤੇ ਦੰਤੀ, ਦੰਤੀ ਤੱਤੇ ਵਾਲੀ ਲਾਈਨ ਆਜੂਗੀ, ਦੰਤੀ। ਠੀਕ ਹੈ, ਇਹ ਲਾਈਨਾਂ ਵੀ ਅੱਗੇ ਤੁਸੀਂ ਕਰ ਸਕਦੇ ਹੋ, ਤਾਲਵੀ, ਦੰਤੀ, ਤਾਲ, ਦੰਤੀ ਦੇ ਵਿੱਚ ਤੱਤੇ ਵਾਲੀ ਲਾਈਨ, ਤੱਤਾ, ਥੱਤਾ, ਦੱਦਾ, ਇਹ ਹੋ ਜਾਣਗੇ। ਉਸ ਤੋਂ ਅੱਗੇ ਜੀਵ, ਜੀਵ ਉਚਾਰਨ ਅੰਗਾਂ ਦੀ ਦ੍ਰਿਸ਼ਟੀ ਤੋਂ ਜੀਵ ਨੂੰ ਵੀ ਪੰਜ ਹਿੱਸਿਆਂ ਵਿੱਚ ਵੰਡਿਆ ਜਾਂਦਾ, ਮੂਲ ਹਿੱਸਾ ਉਹਦਾ, ਪਿਛਲਾ, ਮੱਧ, ਅੱਗੇ ਅਤੇ ਨੋਕ। ਅਤੇ ਧੁਨੀ ਉਚਾਰਨ ਲਈ ਸਾਰੇ ਭਾਗਾਂ ਦਾ ਆਪਣਾ ਆਪਣਾ ਰੋਲ ਹੁੰਦਾ। ਅਤੇ ਜੀਵ ਦੰਦਾਂ ਦੇ ਦੰਦਾਂ ਅਤੇ ਤਾਲੂ ਦੇ ਭਿੰਨ ਭਿੰਨ ਭਾਗਾਂ ਨੂੰ ਛੋਹ ਕੇ ਜਿਹੜੀ ਕਿ ਅਲੱਗ ਅਲੱਗ ਧੁਨੀਆਂ ਪੈਦਾ ਕਰਦੀਆਂ ਨੇ। ਠੀਕ ਹੈ, ਜਿਵੇਂ ਦੰਤੀ ਤਾਲਵੀ, ਇੱਥੇ ਤੁਸੀਂ ਉਦਾਹਰਣ ਦੇ ਸਕਦੇ ਹੋ। ਅੱਗੇ ਹੋਠ, ਜਿਹਦੇ ਵਿੱਚ ਹੋਠੀ ਲਾਈਨ, ਦੋ ਹੋਠਾਂ ਨਾਲ ਪੱਪਾ, ਫੱਫਾ, ਬੱਬਾ, ਇਹ ਵਾਲੀ ਆ ਜਾਣੀ ਹੈ। ਧੁਨੀ ਉਚਾਰਨ ਵਿੱਚ ਦੋਵੇਂ ਬੁੱਲ ਆਪਸ ਦੇ ਵਿੱਚ ਜੁੜ ਕੇ ਜਾਂ ਹੇਠਲਾ ਬੁੱਲ ਉੱਪਰਲੇ ਦੰਦਾਂ ਨਾਲ ਛੋਹ ਕੇ ਹਿੱਸਾ ਪਾਉਂਦਾ। ਦੋਵੇਂ ਹੋਠ ਲਚਕਦਾਰ ਹੋਣ ਕਰਕੇ ਗੋਲ ਜਾਂ ਅਰਧ ਗੋਲ ਹੋ ਜਾਂਦੇ ਨੇ, ਜਿਹਦੇ ਵਿੱਚ ਤੁਸੀਂ ਗੋਲ ਜਾਂ ਅਗੋਲ ਧੁਨੀਆਂ ਬਾਰੇ ਵੇਰਵਾ ਦੇ ਸਕਦੇ ਹੋ। ਜਿਵੇਂ ਗੋਲ, ਇਹਦੇ ਵਿੱਚ ਆ ਜਾਣਗੇ ਔਂਕੜ, ਦਲੌਂਕੜ, ਉੜੇ ਨੂੰ ਔਂਕੜ, ਦਲੌਂਕੜ, ਓ, ਔ। ਠੀਕ ਹੈ, ਇਹ ਗੋਲਾਈ ਚ ਆਜਣਗੇ। ਅਤੇ ਗੋਲਾਈ ਰਹਿਤ, ਜਿਵੇਂ ਮੁਕਤਾ, ਆ, ਈ, ਈ, ਐ, ਐ। ਠੀਕ, ਇਹ ਗੋਲਾਈ ਰਹਿਤ ਹੋ ਜਾਂਦੀ ਹੈ। ਅਤੇ ਉਚਾਰਨ ਅੰਗਾਂ ਨੂੰ ਸੁਸਤ ਅਤੇ ਚੁਸਤ ਅਤੇ ਸੁਸਤ ਉਚਾਰਨ ਅੰਗਾਂ 'ਚ ਵੰਡਿਆ ਜਾਂਦਾ। ਜਿਨ੍ਹਾਂ ਅੰਗਾਂ ਦੇ ਨਾਲ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਰੋਕਿਆ ਜਾਂਦਾ, ਉਹਨਾਂ ਨੂੰ ਸੁਸਤ ਕਹਿੰਦੇ ਨੇ। ਅਤੇ ਸੁਸਤ ਉਚਾਰਨ ਉਚਾਰਕਾਂ ਦੇ ਅੰਤਰਗਤ ਆਮ ਕਰਕੇ ਉਚਾਰਨ ਸਥਾਨਾਂ ਦੀ ਗੱਲ ਹੁੰਦੀ ਹੈ, ਜਿਸ ਵਿੱਚ ਮੂੰਹ ਜਾਂ ਉੱਪਰਲਾ ਜਵਾੜਾ ਹੁੰਦਾ। ਠੀਕ ਆ, ਭਾਵ ਕਿ ਸੁਸਤ ਦੇ ਵਿੱਚ ਕੀ ਆ, ਮੂੰਹ ਦਾ ਉੱਪਰਲਾ ਜਵਾੜਾ ਹੁੰਦਾ। ਅਤੇ ਇਸ ਦੇ ਉਲਟ ਜਿਹੜਾ
ਸੁਸਤ ਉਚਾਰਕ ਨਾਲ ਛੋਹ ਕੇ ਜਾਂ ਕਹਿ ਕੇ ਧੁਨੀਆਂ ਪੈਦਾ ਕਰਦੇ ਨੇ ਉਹਨਾਂ ਨੂੰ ਚੁਸਤ ਉਚਾਰਕ ਕਹਿੰਦੇ ਨੇ। ਚੁਸਤ ਦੇ ਵਿੱਚ ਕਿਹੜੇ ਵੀ ਅਲੱਗ ਅਲੱਗ ਹੈਡਿੰਗ ਤੁਸੀਂ ਬਣਾ ਸਕਦੇ ਹੋ, ਸੁਸਤ ਅਤੇ ਚੁਸਤ, ਠੀਕ ਹੈ। ਚੁਸਤ ਦੇ ਵਿੱਚ ਆ ਜੂਗੀ ਜੀਭ ਹੇਠਲਾ ਜਵਾੜਾ ਅਤੇ ਬੁੱਲ, ਜੀਭ ਹੇਠਲਾ ਜਵਾੜਾ ਅਤੇ ਬੁੱਲ, ਅਤੇ ਸੁਸਤ ਕਿਹੜੇ ਕਿਹੜੇ ਨੇ, ਉੱਪਰਲਾ ਜਵਾੜਾ ਅਤੇ ਉੱਪਰਲੇ ਦੰਦ, ਹੇਠਲਾ ਜਵਾੜਾ ਅਤੇ ਬੁੱਲ, ਜੀਭ ਇਹ ਚੁਸਤ ਨੇ। ਥੈਂਕਸ। ਅਤੇ ਇੱਕ ਤੁਸੀਂ ਆਹ ਸਾਰਾ ਚਾਰਟ ਜਿਹੜਾ ਯਾਦ ਕਰ ਲੈਣਾ।